ਹਾਂਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਭੈਣਾਂ ਤੇ ਸਾਰੇ ਭਰਾਵਾਂ ਨੂੰ ਤੇ ਸਾਰੀਆਂ ਫੈਮਿਲੀਆਂ ਨੂੰ ਜਿੰਨੇ ਵੀ ਆਪਣਾ ਬਲੌਗ ਦੇਖਦੇ ਨੇ ਤੇ ਸਾਰੇ ਭੈਣਾਂ ਨੂੰ ਬੇਨਤੀ ਆ ਕਿ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਬੈਲ ਆਈਕਨ ਦਿਓ ਦੱਬ ਕਿਉਂਕਿ ਅੱਜ ਦਾ ਬਲੌਗ ਬਹੁਤ ਘੈਂਟ ਹੋਣ ਜਾ ਰਿਹਾ ਤੇ ਅੱਗੇ ਵੀ ਆਏ ਜੇ ਬਲੌਗ ਆਉਂਦੇ ਰਹਿਣਗੇ ਤੇ ਅੱਜ ਦਾ ਬਲੌਗ ਆ ਜਿਹੜਾ ਫਿਰ ਮਾਤਾ ਨਾਲ ਹੈ ਤੇ ਮਾਤਾ ਗਈ ਹੋਈ ਹੈ ਇੱਧਰ ਚਾਚੇ ਕੇ ਤੇ ਆਉਂਦੇ ਨੂੰ ਮੇਰੇ ਦਿਮਾਗ ਨੇ ਵਜਾਈ ਜਗਾਈ ਬੱਤੀ ਤੇ ਹੁਣ ਮੈਂ ਮੈਂਟੋਸ ਦਾ ਜਾਦੂ ਹੁਣ ਮੈਂ ਕਰਦਾ ਕੋਈ ਜੁਗਾੜ ਤੇ ਮੋਬਾਈਲ ਰੱਖਦਾ ਲਗੋ ਕੇ ਤੇ ਬਸ ਤੁਸੀਂ ਜੁੜੇ ਰਹੋ ਤੇ ਹਾਂਜੀ ਉਸਤਾਦ ਮੈਂ ਨਾ ਮੋਬਾਈਲ ਡਾ ਕੇ ਰੱਖਤਾ ਜਿਹੜਾ ਕੁੰਡਾ ਨਹੀਂ ਹੁੰਦਾ ਆਪਣਾ ਗੇਟ ਦਾ ਲੱਭਣਾ ਉਹਦੇ 'ਚ ਲਾ ਕੇ ਰੱਖਤਾ ਤੇ ਹੁਣ ਬਸ ਮੈਂ ਜਾ ਕੇ ਉੱਥੇ ਬਹਿਣਾ ਕਰਦੇ ਹਾਂ ਆਪਣਾ ਪ੍ਰੈਂਕ ਸ਼ੁਰੂ ਤੇ ਜਦੋਂ ਮਾਤਾ ਆ ਗਈ ਬਸ ਆਪ ਹੀ ਤੇ ਜਦੋਂ ਵੀ ਇੱਧਰ ਆਈ ਆਪੀ ਆ ਕੇ ਜਿਵੇਂ ਵੀ ਬਣਿਆ ਦੇਖਾਂਗੇ ਤੇ ਬਸ ਮੈਂ ਕਰਦਾ ਹੁਣ ਜਾ ਕੇ ਸ਼ੁਰੂ ਤੇ ਆਵੇ ਨਾ ਜਾਵੇ ਤੇ ਬਸ ਮੈਂ ਬਹਿਣਾ ਜਾ ਕੇ ਜੁੜੇ ਰਹੋ
ਮੇਰੇ ਸੁਨੇਹਾ ਖੜਾ ਹੋ ਕੇ ਸਬਜ਼ੀ ਲੈ ਲਈ ਮੈਨੂੰ ਨਹੀਂ ਤੇਰੇ ਅੱਜ ਅੱਜ ਨਾ ਬਹੁਤ ਪੈਣਗੇ ਉਹਦੇ ਤੋਂ ਤੂੰ ਬਚ ਗਿਆ ਨਾ ਜੇ ਅੱਜ ਕਿਤੇ ਮੋਬਾਈਲ ਜਾ ਧਰੀ ਬੈਠਾ ਹੋਇਆ ਨਾ ਜੇ ਅੱਜ ਕਿਤੇ ਤੇਰਾ ਮੋਬਾਈਲ ਜਾ ਪਿਆ ਹੋਇਆ ਨਾ ਅੱਜ ਤਾਂ ਤੇਰੇ ਬੋਲਣਾ ਬਣਨਾ ਹੀ ਤੂੰ ਅੱਜ ਅੱਜ ਕਿਤੇ ਮੋਬਾਈਲ ਧਰੀ ਬੈਠਾ ਹੋਇਆ ਸਰ ਜੇ ਸਬਜ਼ੀ ਲਿਆ ਕੇ ਦੇ ਤੂੰ ਕਿਹ ਰਿਹਾ ਸਬਜ਼ੀ ਲਿਆ ਦੇ जितना अज कि मोबाइल लगे हो ना देखी तेरे पैदा फिर तेरा रोज भी कमजे खाना हो गया मैनू नहीं पता तू कदों दी आई ਦੰਦੇ ਵੀ ਫਿਰ ਲੋਕ ਦੀ ਵਜੇ ਹੋਣਗੇ ਦੁਨੀਆ ਦੀ ਵਜੇ ਨਾ ਸੌ ਲੱਗੇ ਆਪਾਂ ਨੂੰ ਹਾਂ ਬਾਤ ਤਾਂ ਕਿ 4 ਵਜੇ ਉੱਠ ਕੇ ਬੰਦਗੀ ਕਰਦਾ ਨਾ ਮੈਂ ਲੋਕ ਹੋ ਗਏ ਓਏ ਮੈਂ ਕੱਪਣੀ ਮਾਰਦਾ ਮੈਂ ਤਾਂ ਸੌ ਲੱਗੇ ਆਪਾਂ ਨੂੰ ਮੈਂ ਤਾਂ ਗੱਲ ਕਰੀ ਮੈਨੂੰ ਘੰਟਾ ਹੋ ਗਿਆ ਨਹੀਂ ਚਾਚੀ ਕੀ ਕਰ ਗਈ ਨੂੰ ਘੰਟਾ ਹੋ ਗਿਆ ਤੈਨੂੰ ਪਤਾ ਨੂੰ ਘੰਟਾ ਹੋ ਗਿਆ ਆ ਚੱਕੀ ਬੈਠੇ ਨਾ 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 ਓਏ ਇਹ ਤਾਂ ਮੇਰੀ ਇਹ ਤਾਂ ਮੇਰਾ ਸਰੀਰ ਚੱਕੀ ਉਹਦਾ ਆਤਮਾ ਨਹੀਂ ਸੀ ਇੱਥੇ ਮੇਰੀ ਹਾਂ ਆਤਮਾ ਤਾਂ ਤੇਰੀ ਜੁੜ ਗਈ ਤੇਰੀ ਝੋਟ ਝੋਟੇ ਨੂੰ ਮਾਰ
ਸਾਰੀ ਤਾਂ ਲੇਵਲ ਲੱਗ ਗਈ ਜੀ। ਖੜਾ ਹੋ ਜਾ ਖੜਾ। ਅਮਰੇ ਨਿਸ਼ਾਨ ਕਿਉਂ ਪੈ ਗਏ ਮੇਰੇ? ਮਾਰਾ ਕੋ ਕੁਸ ਮਾਰਾ ਕੋ ਕੁਸ ਤੈਨੂੰ ਬੰਦ ਤੋਂ ਬੰਦ ਤੇ ਪਾਣੀ ਕੱਢ ਕੇ ਮਾਰਾਂਗੇ ਅੰਦਰ ਤੋਂ। ਮੈਂ ਤਾਂ ਪਹੁੰਚ ਰਿਹਾ ਸੀ ਆ। ਕੁਸ ਮੰਗਿਆ ਸੀ ਤਾਂ ਮੇਰੇ ਤੋਂ ਪਹੁੰਚਿਆ ਰਿਹਾ। ਮੈਂ ਤਾਂ ਹੁਣ ਤੱਕ ਨਹੀਂ ਆਇਆ ਤੇ ਨਾ ਕਿ ਮੈਂ ਮਾਂ ਕਦੋਂ ਖਾਣਾ ਨਹੀਂ ਤੋਂ ਪੂਰੀ ਕੁੱਤੇ ਦੀ ਨਹੀਂ ਦੱਸ ਦੇ। ਮੈਂ ਤਾਂ ਸੀਰੀਅਸਲੀ ਕਹਿੰਦਾ ਮੰਮੀ ਮੈਂ ਹੈ ਨਹੀਂ ਸੀਗਾ ਇੱਥੇ। ਅੱਛਾ ਕਿੱਥੇ ਸੀ ਮੈਂ? ਓ ਯਾਰ ਮੈਂ ਬੱਗ ਗਿਆ ਸੀ ਭਗਵਾਨ ਲਵੇ। ਕੈਨੇਡਾ ਦੇ ਬੱਗ ਗਿਆ ਸੀ ਆਸਟ੍ਰੇਲੀਆ ਦਾ ਵੀਜ਼ਾ ਤੇ। ਓ ਕਾਨੂੰ ਇੱਥੇ ਉਹ ਮੀਟਿੰਗ ਹੀ ਸੀਗੀ। ਕੀ ਆ ਮੈਂ ਮੇਲੇ ਤੋਂ ਵੀਜ਼ਾ ਲੈ ਆਇਆ ਹਾਂ ਮੈਂ ਬਾਬੇ ਤੋਂ। ਓ ਯਾਰ ਮੀਟਿੰਗ ਹੀ ਸੀਗੀ ਬਾਬੇ ਤੋਂ ਵੀਜ਼ਾ। ਓ ਕਿਸੇ ਬਾਈ ਦਾ ਕੰਮ ਕਰਵਾਉਣਾ ਸੀ। ਮੈਂ ਚੱਲ ਮੇਰੀ ਸਿੱਧੀ ਆ ਮੈਂ ਕਰਵਾ ਦੂੰ। ਅੱਛਾ ਮੈਂ ਆਖਿਆ ਤੇਰੇ ਇਹ ਸਿੱਧੀ ਆ ਮੇਰੀ ਸਬਜ਼ੀ ਲੈ ਦੇ। ਉਹਨੂੰ ਪਹਿਲੇ ਜਾ ਕੇ ਕਹਿੰਦੇ ਮੇਰੀ ਜਾਂਦੀ ਆ ਸਬਜ਼ੀ ਲੈ ਦਿੰਦੀ ਆ। ਅੱਛਾ ਸਬਜ਼ੀ ਮੰਗੀ ਹੁੰਦਾ ਹੈ। ਮੈਂ ਵੀ ਆਖਿਆ ਵੀ ਆ ਕਿਵੇਂ ਸੱਟਾਂ ਵੱਜ ਗਈਆਂ। ਜੇ ਤੂੰ ਅੱਜ ਕਿਤੇ ਮੋਬਾਈਲ ਲਕੋਇਆ ਨਾ ਤੇਰੇ ਬਾਹਰ ਨਾ ਪੈ। ਨਾ ਨਾ ਕਸਮ ਅੱਜ ਤਾਂ ਤੇਰੇ ਦਿਨ ਚੜ ਜੂ ਪੈਂਦੇ ਆ ਜੇ ਤੂੰ ਅੱਜ ਮੇਰੇ ਤੋਂ ਮੋਬਾਈਲ ਨੂੰ ਲਗੋ ਕੇ ਗੰਦ ਪਾਇਆ। ਮੇਰਾ ਮੋਬਾਈਲ ਤਾਂ ਉਹ ਉਧਰ ਪਿਆ ਬਾਹਰ ਚਾਰਜ ਲਾਇਆ। ਹਾਂ ਉਹਦੇ ਦੀ ਉਹਦੇ ਨਹੀਂ ਮੈਨੂੰ ਪਤਾ ਲੱਗਿਆ ਕਿਹੜੇ ਵੇਲੇ ਖਰ ਖੁੰਜਾ ਚ ਲਕੋ ਦਿੰਦਾ ਵਾ। ਝਾੜੂ ਪੈਣ ਕੋਈ ਦੇਖਿਆ ਨਹੀਂ ਫਿਰ ਕੋਈ ਸਿਆਣਾ ਵੀ ਨਹੀਂ ਦੁਨੀਆਂ ਤੇ। ਇਹ ਤਾਂ ਹੁਣ ਮੈਂ ਹੁਣ ਐ ਬਹਿ ਗਿਆ ਮਨ ਲਾ ਪਨਾਸੀ ਮਾਰ ਕੇ ਨਾ ਅੱਖਾਂ ਮੀਚ ਲੀਆਂ। ਬਾਬਰ ਮੇਰਾ ਤਾਂ ਸਮਝ ਲਾ ਵੀ ਜੁੜ ਗਿਆ ਮੈਂ ਤਾਂ ਸਵਾਦੀ ਲੱਗ ਗਈ ਬਈ। ਮਾਲਾ ਵੀ ਨਹੀਂ ਫੇਰਦਾ ਹੁੰਦਾ ਮਾਲਾ ਤੜਕੇ 4 ਵਜੇ ਉੱਠ ਕੇ ਮਾਲਾ ਦੇ ਦੋ ਤੇਰੇ ਸਹੁਰੇ ਨੂੰ ਦੱਸੂਗੀ। ਮੈਂ ਤਾਂ ਮਨ ਲਾ ਵੀ ਜੁੜ ਗਿਆ ਬਈ ਮੈਨੂੰ ਵੀ ਇੱਕ ਗਨੈਬ ਹੀ ਦੁਨੀਆ ਦਾ ਕੀ ਮੈਨੂੰ ਨਹੀਂ ਪਤਾ। ਨਾ ਮੈਂ ਤਾਂ ਤੇਰੀ ਸੱਸ ਨੂੰ ਫੋਨ ਕਰਦੀ ਆ ਵੀ ਚੱਕ ਕੇ ਭੈਣ ਜੀ ਨੂੰ 4 ਵਜੇ ਪਾਣੀ ਪਾ ਲੈ ਕਰੋ ਨਾ ਉਹਨੂੰ 4 ਵਜੇ ਮੁੰਡਾ ਸਾਡਾ ਮਾਲਾ ਫੇਰਦਾ। ਮੇਰੇ ਮਾਰ ਕੀ ਕੁਛ ਤੂੰ ਮੈਨੂੰ ਐ ਫੀਲ ਹੋਈ ਜਾਂਦਾ। ਚੱਲ ਹੁਣ ਤਾਂ ਬਹੁਤ ਹੋ ਗਿਆ ਗੱਲਾਂ ਬਾਤਾਂ ਤੇ ਮੈਨੂੰ ਸਬਜ਼ੀ ਲਿਆ ਦੇ। ਸਬਜ਼ੀ ਤਾਂ ਮੈਂ ਲਿਆ ਦੇਣਾ। ਬਾਗਰਗ ਨੂੰ 10 ਵਾਰੀ ਕਹਿ ਲਿਆ ਤਾਂ ਪੱਕੜ ਲੈ ਕਹਿ ਬਾਗਰ ਨੀ ਬਾਗਰਗ। ਅਮਰਾ ਲੈਪਟਾਪ ਕਿਹਨੇ ਬਾਹਰ ਕੱਢਿਆ? ਤੂੰ ਤਾਂ ਕਹਿੰਦਾ ਕਿ ਉਹ ਦੇਖੀ ਜਾਂਦੇ ਨੇ। ਓ ਮੈਂ ਨਹੀਂ ਦੇਖਦਾ ਸੀ। ਹਾਂ ਮੈਂ ਤਾਂ ਕਰਾਂ ਕੋਈ ਆ ਲੈਨ ਬੰਦਰ ਡਰਾਈ ਜੇ ਜਾ ਕੇ ਸਾਰ ਦੇ। ਓ ਮੈਂ ਤੁਹਾਨੂੰ ਕਈ ਵਾਰ ਪਹਿਲਾਂ ਵੀ ਆਖਿਆ ਮੈਂ ਬਾਗ ਜਾਂਦਾ ਹੁੰਦਾ ਕਈ ਵਾਰੀ ਬਿਜੀ। ਹਾਂ ਮੈਂ ਤਾਂ ਕਰਨ ਵਾਲੀ ਨਹੀਂ। ਮਾਂ ਮੇਰੇ ਬੂਟ ਗੱਡੀ ਬਾਹਰ ਜਾ ਕੇ ਇਹ ਆਪਣਾ ਅੱਜ ਦਾ ਪ੍ਰੈਂਕ ਸੀਗਾ ਜਿਹੜਾ ਕਿ ਮੰਮੀ ਨਾਲ ਕਰਿਆ ਤੇ ਮੰਮੀ ਨੂੰ ਬਾਹਰ ਭੇਜਤਾ।
ਆਵੇ ਨਾ ਜਾਵੇ ਇਹ ਆਪਣਾ ਅੱਜ ਦਾ ਪ੍ਰੈਂਕ ਸੀਗਾ ਜੇ ਘੈਂਟ ਲੱਗਿਆ ਤਾਂ ਅੱਗੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਅਤੇ ਲਵ ਯੂ ਆਲ ਜਾਣ ਦੇ ਵਾਸਤੇ ਰਹੋ ਧੰਨਵਾਦ।